श्री मुकतसर साहिब विखे पुलिस वालों एक वकील नाल कुटमार अते उस उपर झूठे किते परचे खिलाफ पंजाब एंड हरियाणा हाई कोर्ट बार एसोसिएशन दी काल ते पंजाब दी सारियां अदालतां च वकीलां वालों मंगलवार नूं हड़ताल रखी गई, जिस दी लड़ी ते कपूरथला बार एसोसिएशन दे प्रधान एडवोकेट सुरेश कालिया दी अगवाई च जिला कपूरथला दे सारे वकील साहिबाना ने भी हड़ताल रखी, जिस कारण अज जिला कचहरियां च अदालती कामकाज ठप रहा। प्रधान सुरेश कालिया ने कहा कि श्री मुकतसर साहिब विखे साडे निर्दोष वकील नाल पुलिस वालों जबर जुलम किया गया, जिसके विरोध च सारे पंजाब दी अदालतां च अज कामकाज ठप रखा गया है। कालिया ने कहा कि असी उस जज साहिबान नूं सलाम करते हां जिन्हां ने वकील ते हुई नाजायज कार्रवाई का नोटिस लेंदिया दोषी पुलिस अफसरां ते फौरन कानूनी कार्रवाई करन दे हुक्म जारी किए, जिसते तुरंत एक्शन हुंदिया ही दोषी पुलिस अफसरां अते मुलाजमां ते पुलिस ने परचा दर्ज किया। कालिया ने अगे कहा कि जद तक दोषी पुलिस अफसरां अते मुलाजमां नूं डिसमिस अते गिरफ्तार नहीं किया जाएगा अते साडे बेकसूर वकील ते दरस कीता परचा रद्द नहीं होवेगा, तद तक ये हड़ताल जारी रहेगी। हाँ जी सर, की नाम है तुहाडा? मेरा नाम सुरेश कालिया जी, मैं डिस्ट्रिक्ट बार कपूरथला दा प्रैक्टिकल जी। सर अज कपूरथला कचहरियां विच हड़ताल है, की कारण है? सर कपूरथला च नहीं, पूरे पंजाब एंड हरियाणा दी अज स्ट्राइक है जी। स्टेट लैवल दी कॉल सी, क्योंकि साडे एक वकील साहिबान सी मुकतसर दे, उन्हां ते नजायज परचा किया गया ते उन्हां नूं मेंटली और फिजिकली बहुत ज्यादा टॉर्चर किया गया इलीगली तरीके नाल। सर पर उस परचे जिहड़ा हरासमेंट हो गई सी वकील साहब नाल, ते परचा हो गया ते हुण तुहाडी की मंग है? सर परचा हो गया, उन्हां ते कार्रवाई होनी चाहीदी और डिसमिस होने चाहीदे आ, उन्हां दी रेस्ट पैनी चाहीदी आ। ਉਹ ਸਾਡੇ ਜਿਹੜੇ ਵਕੀਲ ਭਾਈ ਦੇ ਪਰਚਾ ਹੋਇਆ ਬਿਲਕੁਲ ਨਜਾਇਜ਼ ਆ, ਉਹ ਕੈਂਸਲ ਹੋਣਾ ਚਾਹੀਦਾ, ਸਾਡੀ ਡਿਮਾਂਡ ਆ, ਨਹੀਂ ਤਾਂ ਅੱਗੇ ਕੰਟੀਨਿਊ ਰਹੇਗੀ ਸਟ੍ਰਾਈਕ। ਸਰ ਆਏ ਦਿਨ ਵਕੀਲ ਸਾਹਿਬਾਨਾਂ ਦੇ ਯਾਨੀ ਕਿ ਕਾਫੀ ਯਾਨੀ ਕਿ ਧੱਕਾ ਹੋ ਰਿਹਾ, ਨਜਾਇਜ਼ ਹੋ ਰਹੀ ਆ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਅਸੀਂ ਤਾਂ ਦੇਖੋ ਜੀ ਸੀਐਮ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ, ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਨੂੰ ਕੁਝ ਥੋੜਾ ਬਹੁਤਾ ਟ੍ਰੇਨਿੰਗ ਦਿੱਤੀ ਜਾਵੇ, ਜੇ ਵੀ ਕੋਈ ਪਰਚਾ ਵੀ ਕਰਨਾ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ ਤਾਂ ਕੀਤਾ ਜਾਵੇ। ਸਰ ਹੁਣ ਤੁਹਾਡੀ ਜਿਹੜੀ ਹੜਤਾਲ ਆ ਕਦ ਤੱਕ ਜਾਰੀ ਰਹੇਗੀ? ਫਿਲਹਾਲ ਤੇ ਅੱਜ ਤੱਕ ਹੈ ਜੀ, ਸਾਨੂੰ ਬਾਰ ਕੌਂਸਲ ਤੋਂ ਜੋ ਨਿਰਦੇਸ਼ ਆਣਗੇ ਸ਼ਾਮ ਤੱਕ, ਜੇ ਕੰਟੀਨਿਊ ਕਰਨੀ ਹੋਈ ਫਿਰ ਅਸੀਂ ਕੱਲ ਤੋਂ ਕੰਟੀਨਿਊ ਕਰਾਂਗੇ। ਹੁਣ ਤੁਹਾਡੀ ਮੰਗ ਉਹਨਾਂ ਦੀ ਗ੍ਰਿਫਤਾਰੀ ਦੀ ਤੇ ਹੋਰ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਔਰ ਸਾਡਾ ਵਕੀਲ ਭਾਈ ਜਿਹੜਾ ਵਾ ਉੱਤੇ ਪਰਚਾ ਜਿਹੜਾ ਹੋਇਆ ਵਾ ਉਹਨੂੰ ਕੈਂਸਲ ਕੀਤਾ ਜਾਵੇ। ਠੀਕ ਹੈ ਸਰ, ਥੈਂਕ ਯੂ। ਹਾਂਜੀ ਸਰ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਨਿਤਿਨ ਸ਼ਰਮਾ ਜੀ, ਮੈਂ ਕਪੂਰਥਲਾ ਬਾਰ ਦਾ ਵਾਈਸ ਪ੍ਰਧਾਨ ਆ ਜੀ। ਸਰ ਅੱਜ ਜਿਹੜੀ ਹੜਤਾਲ ਚੱਲ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ? ਸਰ ਹੜਤਾਲ ਬਹੁਤ ਸਹੀ ਕੀਤੀ ਹੈ ਸੀ, ਕਿਉਂਕਿ ਪੁਲਿਸ ਦਾ ਐਕਟ ਬਹੁਤ ਗਲਤ ਸੀਗਾ। ਇੱਕ ਵਕੀਲ ਸਾਹਿਬ ਨੂੰ ਕਿਸੇ ਕੰਮ ਦੇ ਪਰਪਸ ਲਈ ਥਾਣੇ ਬੁਲਾ ਕੇ ਉਹਨਾਂ ਦੀ ਮਾਰਕੁੱਟ ਕੀਤੀ ਗਈ, ਉਹਨਾਂ ਦੇ ਪਰਚਾ ਕੀਤਾ ਗਿਆ ਔਰ ਮੁੜ ਕੇ ਉਹਨਾਂ ਨੂੰ ਤਸੀਹਦਾਂ ਦਿੱਤੀਆਂ ਗਈਆਂ ਔਰ ਉਸ ਪਰਪਸ ਅਸੀਂ ਹੜਤਾਲ ਕੀਤੀ ਹੈ ਤਾਂ ਕਿ ਉਹਨਾਂ 'ਤੇ ਜਿਹੜਾ ਪਰਚਾ ਉਸ ਤੋਂ ਬਾਅਦ ਅਰੈਸਟ ਕੀਤੀ ਜਾਵੇ, ਉਹਨਾਂ ਨੂੰ ਡਿਸਮਿਸ ਕੀਤਾ ਜਾਵੇ, ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਦਿੱਤਾ ਜਾਵੇ। ਸਰ ਆਏ ਦਿਨ ਕੋਈ ਨਾ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇ ਕੀਤੇ ਜਾਂਦੇ ਆ, ਪਹਿਲਾਂ ਵੀ ਦੇਖਿਆ ਗਿਆ ਦੋ ਭਰਾ ਜਿਹੜਾ ਦੀ ਸੁਸਾਈਡ ਹੋਈ ਆ ਤੇ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਪੁਲਿਸ ਅਫਸਰ, ਇਸ ਕੇਸ 'ਚ ਤੁਸੀਂ ਕੀ ਡਿਮਾਂਡ ਕਰਦੇ ਹੋ? ਸਰ ਇਹ ਰੀਜ਼ਨ ਇਹੀ ਹੈ ਜੀ, ਪੁਲਿਸ ਦੇ ਕੋਲ ਜਿਹੜੀਆਂ ਅੰਨੀਆਂ ਪਾਵਰਾਂ ਨੇ ਉਹ ਬਾਕੀ ਅੰਨਿਆਂ ਵਾਂਗੂ ਵਰਤਦੇ ਆ ਜੀ, ਉਹਨਾਂ ਦੇ ਕੋਈ ਨਾ ਕੋਈ ਲਗਾਮ ਲੱਗਣੀ ਚਾਹੀਦੀ ਹੈ। ਇਸੇ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਐਡਵੋਕੇਟ ਐਕਟ ਦੀ, ਤਾਂ ਕਿ ਇਹਨਾਂ 'ਤੇ ਕੋਈ ਪਾਬੰਦੀਆਂ ਲੱਗਣ ਤਾਂ ਕਿ ਕਿਸੇ ਵਕੀਲ ਨੂੰ, ਜੇ ਵਕੀਲ ਨੂੰ ਇੱਦਾਂ ਧੱਕਾ ਕਰਨਗੇ ਤਾਂ ਆਮ ਬੰਦੇ ਦਾ ਕੀ ਹਾਲ ਹੋਊਗਾ? ਜਿਹੜੇ ਮੁਕਤਸਰ ਦੇ ਵਕੀਲ ਸਾਹਿਬ ਕਰਕੇ ਹੜਤਾਲ ਆ, ਉਹਨਾਂ 'ਚੋਂ ਦੇਖਿਆ ਗਿਆ ਮਾੜੀ ਜਿਹੀ ਝੜਪ ਹੋਈ ਸੀਗੀ ਕਿ ਪੁਲਿਸ ਅਫਸਰ ਦੀ ਗੱਡੀ 'ਚ ਗੱਡੀ ਵੱਜੀ ਸੀ, ਤੇ ਮਾਮਲਾ ਇੰਨਾ ਪਚੀਦਾ ਕਿਉਂ ਹੋਇਆ ਕਿ ਉਹਨਾਂ ਨੂੰ ਇੰਟੈਰੋਗੇਟ ਕੀਤਾ ਗਿਆ, ਉਹਨਾਂ ਨੂੰ ਸੀਐਸ ਸਟਾਫ ਲਿਆ ਗਿਆ, ਦੋ ਦਿਨ ਰੱਖਿਆ ਗਿਆ, ਹੁੰਦਾ ਕੁੱਟਿਆ ਮਾਰਿਆ ਗਿਆ? ਉਸ ਤੋਂ ਵੱਡੀ ਗੱਲ ਹੈ ਵੀ ਉਹਨਾਂ 'ਤੇ ਨਸ਼ੀਲਾ ਪਦਾਰਥ ਵੀ ਪਾਉਣ ਡਿਆ ਜੀ। ਇਟ ਮੀਨਸ ਪੁਲਿਸ ਕੋਲ ਰਿਕਵਰੀ ਆਪਣੀ ਗੱਡੀਆਂ 'ਚ ਰੱਖੀ ਹੁੰਦੀ ਹੈ, ਜਿਹਦੇ ਨਾਲ ਗੱਡੀ ਮਾੜੀ ਖਾ ਗਈ ਉਹ ਤੇ ਰਿਕਵਰੀ ਪਾ ਕੇ, ਇਹ ਤਾਂ ਨਜਾਇਜ਼ ਹੈ, ਬਿਲਕੁਲ ਹੀ ਨਜਾਇਜ਼ ਪੁਲਿਸ ਪਾਵਰਾਂ ਵਰਤਦੀ ਹੈ ਆਪਣੀ ਜਿਹੜੀ। ਇਹਨਾਂ 'ਤੇ ਡੀਜੀਪੀ ਸਾਹਿਬ ਨੂੰ ਚਾਹੀਦਾ ਵੀ ਪੁਲਿਸ ਦੇ ਪਾਵਰਾਂ 'ਤੇ ਬਿਲਕੁਲ ਲਗਾਮ ਲੱਗਣੀ ਚਾਹੀਦੀ, ਇਹਨਾਂ ਦੀ ਵੀ ਕੋਈ ਲਿਮਿਟਸ ਹੋਣੀ ਚਾਹੀਦੀ। ਠੀਕ ਹੈ।